ਭਾਰਤ-ਪਾਕਿਸਤਾਨ ਵਿਚਾਲੇ 1971 ਦੀ جنگ ਨੂੰ ਅੱਜ 50 ਸਾਲ ਪੂਰੇ ਹੋ ਗਏ ਨੇ। ਇਸ جنگ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਸ਼ਿਕਸਤ ਦਿੱਤੀ ਸੀ। جنگ ਦੇ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿੱਚ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਹੈ। ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖਾਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚ ਕੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਖਿਆ ਮੰਤਰੀ ਰਾਜਨਾਥ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸੀ 1971 ਦੀ ਜੰਗ ਦੇ ਵਿੱਚ ਪਾਕਿਸਤਾਨ ਨੂੰ ਪਾਸਤ ਕੀਤਾ ਸੀ ਭਾਰਤ ਨੇ ਅਤੇ ਪਾਕਿਸਤਾਨ ਦੇ 93 ਹਜ਼ਾਰ ਫੌਜੀ ਅਨੁਪੱਤੀ ਬਣਾ ਲਿਆ ਗਿਆ ਸੀ ਜਿਨ੍ਹਾਂ ਨੇ ਬਾਅਦ ਵਿੱਚ ਸ਼ਰਧ ਵੀ ਦਿੱਤਾ ਗਿਆ ਸੀ ਸਰੰਡਰ ਕੀਤਾ ਗਿਆ ਸੀ ਤੇ ਜਿਸ ਵਕਤ ਪਾਕਿਸਤਾਨ ਫੌਜ ਦੇ ਸੀਨੀਅਰ ਅਧਿਕਾਰੀ ਸਰੈਂਡਰ ਕਰ ਰਹੇ ਸੀ ਉਸ ਵੇਲੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਸੀ ਤੇ ਇਸੇ ਜੁਦਨੇ ਬੰਗਲਾਦੇਸ਼ ਦੇ ਸਤੰਤਰ ਬੰਗਲਾਦੇਸ਼ ਨੂੰ ਵੀ ਜਨਮ ਦਿੱਤਾ ਸੀ 1971 ਦੀ ਜੰਗ ਬੰਗਲਾਦੇਸ਼ ਨੂੰ ਹੀ ਲੱਕੀ ਹੋਈ ਸੀ ਕਿਉਂਕਿ ਉਸ ਤੋਂ ਪਹਿਲਾਂ ਬੰਗਲਾਦੇਸ਼ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਸੀ ਜਿਸ ਨੂੰ ਪੱਛਮੀ ਪਾਕਿਸਤਾਨ ਦੇ ਨਾਲ ਮਾਫ ਕਰਨਾ ਪੂਰਬੀ ਪਾਕਿਸਤਾਨ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਸੀ ਜਿਨ੍ਹਾਂ ਤੇ ਅਤਿਆਚਾਰ ਵੀ ਹੋਏ ਕਿਉਂਕਿ ਉੱਥੋਂ ਦਾ ਇੱਕ ਲੀਡਰ ਇਲੈਕਸ਼ਨ ਜਿੱਤ ਗਿਆ ਸੀ ਪਰ ਉਸ ਨੂੰ ਬੰਦ ਦਾ ਮਾਨ ਸਨਮਾਨ ਅਜਿਹਾ ਉਹ ਨਹੀਂ ਸੀ ਦਿੱਤਾ ਜਾ ਰਿਹਾ ਜਿਸ ਤੇ ਚਲਦੀਆਂ ਬਗਾਵਤ ਸ਼ੁਰੂ ਹੋਈ ਤਾਂ ਉਸ ਦੇ ਲੀਡਰ ਮੁਜੀਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਅਤੇ ਨਿਸੂ ਕੱਤ ਦੇ ਜੰਗ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਸੀ ਤਸਵੀਰਾਂ ਵੇਖ ਪਾ ਰਹੇ ਹੋ ਇਹ ਦਿਨ 1971 ਦਾ 16 ਦਸੰਬਰ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਦੇ ਇਤਿਹਾਸ ਦੇ ਵਿੱਚ ਖਾਸੀ ਮਹੱਤਤਾ ਰੱਖਦਾ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਸ਼ਰਦ ਸੁਮਨ ਪਿੰਡ ਕੀਤੇ ਜਾ ਰਹੇ ਨੇ ਸ਼ਹੀਦਾਂ ਨੂੰ 1971 ਦੀ ਜੰਗ ਦੇ ਵਿੱਚ ਜੋ ਭਾਰਤੀ ਜਵਾਨ ਸ਼ਹੀਦ ਹੋਏ ਤੇ ਇਸ ਦਿਨ ਬੰਗਲਾਦੇਸ਼ ਇੱਕਤੰਤਰ ਦੇਸ਼ ਦੇ ਰੂਪ ਤੇ ਵਿੱਚ ਵੀ ਉੱਪਰ ਆ। ਇਸ ਜੰਗ ਦੀ ਸ਼ੁਰੂਆਤ 3 ਦਸੰਬਰ 1971 ਨੂੰ ਹੋਈ ਸੀ ਤੇ 11 ਦਿਨਾਂ ਦੇ ਵਿੱਚ ਹੀ ਪਾਕਿਸਤਾਨ ਨੂੰ ਪਛਤ ਕਰ ਦਿੱਤਾ ਸੀ ਭਾਰਤ ਨੇ।